ਸਭ ਤੋਂ ਪਹਿਲਾਂ ਸਾਰੇ ਹੀ ਪੱਤਰਕਾਰ ਸਾਥੀਆਂ ਦਾ ਮੈਂ ਸਵਾਗਤ ਕਰਦਾ। ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ, ਜਿਵੇਂ ਕਿ ਗੁਰੂ ਸਾਹਿਬ ਨੇ ਫਰਮਾਇਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ, ਗੁਰੂ ਸਾਹਿਬ ਦੇ ਫਲਸਫੇ 'ਤੇ ਚੱਲਦੇ ਹੋਏ, ਇਸ ਸਿਧਾਂਤ ਨੂੰ ਮੰਨਦੇ ਹੋਏ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਜਿਹੜਾ ਇੱਕ ਟੈਕਸਟਾਈਲ ਇੰਡਸਟਰੀ ਪਾਰਕ ਜਿਹੜਾ ਮੱਤੇਵਾੜਾ 'ਚ ਬਣਾਉਣ ਦੀ ਜਿਹੜੀ ਇੱਕ ਪ੍ਰਪੋਜ਼ਲ ਸੀ ਉਹਨੂੰ ਰੱਦ ਕੀਤਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਦੇ ਪਾਣੀ, ਪੰਜਾਬ ਦੀ ਹਵਾ, ਪੰਜਾਬ ਦਾ ਪੂਰਾ ਜਿਹੜਾ ਇਨਵਾਇਰਮੈਂਟ ਹੈ ਉਹਨੂੰ ਬਚਾਉਣ ਲਈ ਜਿਸ ਤਰੀਕੇ ਦੀਆਂ ਕੋਸ਼ਿਸ਼ਾਂ ਪਿਛਲੇ ਸਾਲਾਂ 'ਚ ਹੋਣੀਆਂ ਚਾਹੀਦੀਆਂ ਸੀ ਨਹੀਂ ਹੋਈਆਂ, ਔਰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦਾ, ਪੰਜਾਬ ਦੇ ਲੋਕਾਂ ਦਾ ਇਹ ਪਹਿਲਾਂ ਵੀ ਕਮਿਟਮੈਂਟ ਸੀ ਬਿਫੋਰ ਇਲੈਕਸ਼ਨ ਕਿ ਅਸੀਂ ਗੁਰੂ ਸਾਹਿਬ ਦੇ ਉਸ ਫਲਸਫੇ 'ਤੇ, ਉਸ ਸਿਧਾਂਤ 'ਤੇ ਪਹਿਰਾ ਵੀ ਦੇਣਾ ਹੈ, ਔਰ ਪੰਜਾਬ ਦਾ ਪੂਰਾ ਇਨਵਾਇਰਮੈਂਟ ਜਿਹੜਾ ਆ, ਪੂਰੀ ਜਿਹੜੀ ਆਬੋ ਹਵਾ ਆ ਉਹਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਆ, ਔਰ ਇਹਦੇ 'ਚ ਕਿਸ ਤਰੀਕੇ ਨਾਲ ਸੁਧਾਰ ਆ ਸਕਦਾ ਹੈ। ਅੱਜ ਪੰਜਾਬ 'ਚ ਜੰਗਲ ਬਚਾਉਣ ਤੋਂ ਲੈ ਕੇ, ਪਾਣੀ ਬਚਾਉਣ ਤੋਂ ਲੈ ਕੇ ਧਰਤੀ ਬਚਾਉਣ ਦੀ ਮੁਹਿੰਮ, ਚਾਹੇ ਉਹ ਪਿਛਲੇ ਦਿਨਾਂ 'ਚ ਜਿਸ ਤਰੀਕੇ ਨਾਲ ਫਸਲਾਂ ਨੂੰ ਲੈ ਕੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕਈ ਪ੍ਰਪੋਜ਼ਲ ਦਿੱਤੇ, ਸੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇੰਡਸਟਰੀ ਦੀ ਵੀ ਪੰਜਾਬ ਨੂੰ ਲੋੜ ਹੈ, ਲੇਕਿਨ ਸਭ ਤੋਂ ਵੱਧ ਜ਼ਰੂਰਤ ਜਿਹੜੀ ਹੈ ਉਹ ਇਨਵਾਇਰਮੈਂਟ ਬਚਾਉਣ ਦੀ, ਔਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਦੇ ਆਉਣ ਵਾਲੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਉੱਥੇ ਐਕਸ਼ਨ ਕਮੇਟੀ ਆ ਉਹਦੇ ਨਾਲ ਗੱਲਬਾਤ ਕਰਕੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਜਿਹੜਾ ਮੱਤੇਵਾੜਾ ਟੈਕਸਟਾਈਲ ਪ੍ਰੋਜੈਕਟ ਹੈ ਉਹਨੂੰ ਰੱਦ ਕੀਤਾ, ਔਰ ਆਮ ਆਦਮੀ ਪਾਰਟੀ ਇਹਦਾ ਸਵਾਗਤ ਕਰਦੀ ਹੈ, ਔਰ ਇਹੀ ਲੋਕਾਂ ਦੀ ਸਰਕਾਰ ਹੋਣ ਦਾ ਅਸਲੀ ਜਿਹੜਾ ਆ ਸਬੂਤ ਹੈ ਕਿ ਸਰਕਾਰਾਂ ਜਿਹੜੀਆਂ ਲੋਕ ਚੁਣਦੇ ਆ ਤੇ ਲੋਕਾਂ ਦੀਆਂ ਭਾਵਨਾਵਾਂ, ਲੋਕਾਂ ਦੀ ਇੱਛਾਵਾਂ, ਲੋਕਾਂ ਦੀਆਂ ਜਿਹੜੀਆਂ ਉਹਨਾਂ ਤੋਂ ਉਮੀਦਾਂ, ਉਹਨਾਂ ਦਾ ਸਤਿਕਾਰ ਕਿਸ ਤਰੀਕੇ ਨਾਲ ਇੱਕ ਸਾਡਾ ਆਗੂ ਜਾਂ ਸਾਡਾ ਮੁਖੀਆ ਕਰ ਸਕਦਾ ਉਹਦਾ ਇੱਕ ਉਦਾਹਰਣ ਅੱਜ ਮਾਣਯੋਗ ਮੁੱਖ ਮੰਤਰੀ ਜੀ ਨੇ ਦਿੱਤਾ ਹੈ, ਔਰ ਇਹ ਸਵਾਗਤਯੋਗ ਕਦਮ ਹੈ। ਔਰ ਮੁੱਖ ਮੰਤਰੀ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਟੈਕਸਟਾਈਲ ਪਾਰਕ ਲਈ ਜਾਂ ਬਾਕੀ ਇੰਡਸਟਰੀ ਲਈ ਪੰਜਾਬ 'ਚ ਹੋਰ ਜਗ੍ਹਾ ਜਿਹੜੀ ਹੈ ਜ਼ਮੀਨ ਅਲੋਟ ਕੀਤੀ ਜਾਊਗੀ। ਹਾਲਾਂਕਿ ਇਹ ਜਿਹੜਾ ਜ਼ਮੀਨ ਦਾ ਪ੍ਰੋਜੈਕਟ ਸੀ ਉਹ ਕਾਂਗਰਸ ਸਰਕਾਰ ਦੇ ਟਾਈਮ, ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਮਨਜ਼ੂਰ ਹੋਇਆ ਸੀ, ਲੇਕਿਨ ਉਸ ਟਾਈਮ ਨਾ ਤਾਂ ਇਨਵਾਇਰਮੈਂਟ ਦੀ ਨਾ ਪੂਰੇ ਜਿਹੜਾ ਪਾਣੀ ਪੋਲਿਊਟ ਹੋ ਰਿਹਾ ਦਰਿਆਵਾਂ ਦਾ ਉਹਨੂੰ ਕੋਈ ਧਿਆਨ 'ਚ ਰੱਖਿਆ ਗਿਆ,
ਸੋ ਮੁੱਖ ਮੰਤਰੀ ਜੀ ਨੇ, ਪੰਜਾਬ ਸਰਕਾਰ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਕੇ ਧਿਆਨ 'ਚ ਰੱਖਦੇ ਹੋਏ ਲੋਕਾਂ ਦੀ ਭਾਵਨਾ ਦਾ ਜਿਹੜਾ ਫੈਸਲਾ ਲਿਆ ਹੈ। ਔਰ ਇਹ ਇੰਡਸਟਰੀਅਲ ਪਾਰਕ ਪੰਜਾਬ 'ਚ ਹੋਰ ਜਗ੍ਹਾ 'ਤੇ ਵੀ ਬਣੂਗਾ, ਲੇਕਿਨ ਬਣੂਗਾ ਉਸ ਜਗ੍ਹਾ 'ਤੇ ਜਿੱਥੇ ਨਾ ਤਾਂ ਪਾਣੀ ਦੂਸ਼ਿਤ ਹੋਵੇ, ਨਾ ਉਸ ਏਰੀਏ ਦਾ ਜਿਹੜਾ ਏਰੀਆ ਪੋਲਿਊਟਡ ਹੋਵੇ। ਸੋ ਹਰ ਤਰੀਕੇ ਦੀ ਬਰੀਕੀ ਨਾਲ ਜਿਹੜੀ ਆ ਸਰਕਾਰ ਆਉਣ ਵਾਲੇ ਟਾਈਮ 'ਚ ਵੀ ਜਿੱਥੇ ਵੀ ਅਲੋਟ ਹੁੰਦੀ ਹੈ ਜ਼ਮੀਨ ਇੰਡਸਟਰੀਅਲ ਪਾਰਕ ਨੂੰ, ਉਹਦਾ ਧਿਆਨ ਰੱਖੂਗੀ। ਔਰ ਇਹ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਵੀ ਹੈ, ਔਰ ਆਮ ਆਦਮੀ ਪਾਰਟੀ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਇਸ ਫੈਸਲੇ ਦਾ ਤਹਿ ਦਿਲ ਤੋਂ ਸਵਾਗਤ ਕਰਦੀ ਹੈ, ਔਰ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੀ ਹੈ। ਔਰ ਇਸੇ ਤਰੀਕੇ ਨਾਲ ਲੋਕਾਂ ਦੇ ਹਿੱਤ ਵਾਸਤੇ ਫੈਸਲੇ ਮਾਨ ਸਾਹਿਬ ਦੀ ਸਰਕਾਰ ਆਉਣ ਵਾਲੇ ਟਾਈਮ 'ਚ ਵੀ ਲੈਂਦੀ। ਲੋਕ ਮੈਨੂੰ ਲੱਗਦਾ ਬਹੁਤ ਜਲਦੀ ਹੋ ਜਾਊਗਾ, ਲੇਕਿਨ ਜਗ੍ਹਾ ਉੱਥੇ ਹੀ ਦਿੱਤੀ ਜਾਊਗੀ ਜਾਂ ਉਸ ਕੰਡੀਸ਼ਨ 'ਤੇ ਦਿੱਤੀ ਜਾਊਗੀ ਜਾਂ ਉਸ ਆਧਾਰ 'ਤੇ ਦਿੱਤੀ ਜਾਊਗੀ ਕਿ ਇਨਵਾਇਰਮੈਂਟ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ। ਸੋ ਇੰਡਸਟਰੀ ਵੀ ਲਵਾਵਾਂਗੇ, ਲੇਕਿਨ ਪੰਜਾਬ 'ਚ, ਪੰਜਾਬ ਦੇ ਜੰਗਲ, ਪੰਜਾਬ ਦੇ ਪਾਣੀ, ਪੰਜਾਬ ਦੀ ਧਰਤੀ, ਪੰਜਾਬ ਦੀ ਆਬੋ ਹਵਾ ਜਿਹੜਾ ਉਹ ਸਭ ਤੋਂ ਪ੍ਰਾਇਓਰਿਟੀ ਜਿਹੜੀ ਆ ਪੰਜਾਬ ਸਰਕਾਰ ਦੀ, ਉਹਨੂੰ ਬਚਾਉਣਾ ਔਰ ਉਹਨੂੰ ਹੋਰ ਬਿਹਤਰ ਸਥਿਤੀ 'ਚ ਲੈ ਕੇ ਜਾਣਾ, ਇਹ ਸਾਡੀ ਪਹਿਲ ਹੈ। ਡੈਫੀਨੇਟਲੀ ਇਹ ਅੱਜ ਅਨੁਮਾਨਿਤ ਜਿਹੜਾ ਸਾਡੇ ਕੋਲ ਫੋਰੈਸਟ ਏਰੀਆ ਆ ਉਹ ਤਕਰੀਬਨ 5% ਦੇ ਨੇੜੇ ਤੇੜੇ ਆ, ਮਤਲਬ 5% ਤੋਂ ਘੱਟ ਹੈ ਟੋਟਲ ਜਿਹੜਾ ਪੰਜਾਬ ਦਾ। ਔਰ ਉਹਦਾ ਕਾਰਨ ਇਹ ਰਿਹਾ ਹੈ ਕਿ ਪਿਛਲੇ ਸਾਲਾਂ 'ਚ ਜਿਹੜੀਆਂ ਸਰਕਾਰਾਂ ਦੇ ਫੋਰੈਸਟ ਮਿਨਿਸਟਰ ਸੀ ਉਹ ਆਪ ਹੀ ਜਿਹੜੇ ਆ ਰੁੱਖਾਂ ਦੀ ਵਢਾਈ ਕਰਾਉਂਦੇ ਰਹੇ, ਕਟਾਈ ਕਰਾਉਂਦੇ ਰਹੇ, ਕਮਿਸ਼ਨ ਖਾਂਦੇ ਰਹੇ, ਵੇਚਦੇ ਰਹੇ। ਉਹਦੇ 'ਚ ਇਸ ਸੰਜੀਦਾ ਇਸ਼ੂ 'ਤੇ ਕਦੀ ਕੋਈ ਧਿਆਨ ਨਹੀਂ ਦਿੱਤਾ ਗਿਆ। ਸੋ ਮਾਣਯੋਗ ਮੁੱਖ ਮੰਤਰੀ ਜੀ ਦੀਆਂ ਹਦਾਇਤਾਂ 'ਤੇ ਆਉਣ ਵਾਲੇ ਟਾਈਮ 'ਚ ਹਰੇਕ ਇੰਡਸਟਰੀ ਨੂੰ ਲੈ ਕੇ ਕੋਈ ਵੀ ਪ੍ਰਪੋਜ਼ਲ ਪੰਜਾਬ 'ਚ ਹੋਊਗਾ, ਲੇਕਿਨ ਉਹ 'ਚ ਇਨਵਾਇਰਮੈਂਟ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਤੋ ਅੱਜ ਦਾ ਇਹੀ ਵਿਸ਼ਾ ਸੀ। ਬਹੁਤ ਬਹੁਤ ਧੰਨਵਾਦ।